ਅੱਜਕੱਲ੍ਹ ਦੋਸਤੋ, ਮੈਂ ਮਲਕੀਤ ਸਿੰਘ ਤੁਹਾਡਾ ਅਗਲੀ ਵੀਡੀਓ ਸਵਾਗਤ ਕਰਦਾ ਜੀ। ਇਹ ਜਿਹੜੀ ਵੀਡੀਓ ਹੈ, ਇਸ ਵੀਡੀਓ 'ਚ ਆਪਾਂ PSSB ਕਲਰਕ ਦਾ ਜਿਹੜਾ ਪੇਪਰ ਹੈ ਉਹਦੇ ਲਈ ਵਿਆਕਰਨ ਦਾ ਭਾਗ ਸ਼ੁਰੂ ਕਰਨ ਲੱਗੇ ਹਾਂ ਜੀ। ਇਹਦੇ ਵਿੱਚ ਅੱਜ ਆਪਾਂ ਮੁਹਾਵਰੇ ਡਿਸਕਸ ਕਰਾਂਗੇ, ਊੜਾ ਤੋਂ ਲੈ ਕੇ ਈੜੀ ਤੱਕ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ। ਪਹਿਲਾ ਮੁਹਾਵਰਾ ਹੈ, ਉਹ ਕਿਹੜੀ ਗਲੀ ਜਿੱਥੇ ਭਾਬੋ ਨਹੀਂ ਖਲੀ। ਤਾਂ ਇਹਦਾ ਭਾਵ ਹੈ ਜੀ, ਜਿਹੜਾ ਆਦਮੀ ਹਰ ਥਾਂ ਪੈਂਚ ਬਣ ਬਹਿੰਦਾ ਹੋਵੇ, ਇਹ ਅਖਾਣ ਉਸ ਬਾਰੇ ਵਰਤਦੇ ਹਨ। ਠੀਕ ਹੈ ਜੀ। ਫਿਰ ਦੂਜਾ ਹੈ ਜੀ, ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ। ਤਾਂ ਇਹਦਾ ਭਾਵ ਹੈ ਇਹ ਦੱਸਣ ਲਈ ਕਿ ਇਸ ਪਾਸੋਂ ਤਾਂ ਕਿਸੇ ਕੰਮ ਜਾਂ ਸਹਾਇਤਾ ਦੀ ਆਸ ਨਹੀਂ ਰੱਖਣੀ ਚਾਹੀਦੀ, ਇਹਨੇ ਕੰਮ ਨਹੀਂ ਕਰਨਾ, ਇਹ ਅਖਾਣ ਵਰਤਦੇ ਹਨ। ਠੀਕ ਹੈ ਜੀ। ਫਿਰ ਹੈ ਤੀਜਾ ਨੰਬਰ, ਉਹ ਫਿਰੇ ਨੱਥ ਕਢਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ। ਤਾਂ ਇਹਦਾ ਭਾਵ ਹੈ ਜਦ ਕੋਈ ਬੰਦਾ ਕਿਸੇ ਉੱਪਰ ਵੱਡੀਆਂ ਆਸਾਂ ਬੰਨ੍ਹ ਬੈਠਾ ਹੋਵੇ ਪਰ ਅੱਗੋਂ ਉਲਟਾ ਨੁਕਸਾਨ ਕਰਨ 'ਤੇ ਤੁਲਿਆ ਹੋਵੇ, ਤਾਂ ਇਹ ਅਖਾਣ ਵਰਤੀ ਜਾਂਦੀ ਹੈ। ਫਿਰ ਹੈ ਜੀ ਚੌਥਾ ਨੰਬਰ, ਉਖਲੀ ਵਿੱਚ ਸਿਰ ਦਿੱਤਾ ਤਾਂ ਮੋਲਿਆਂ ਦਾ ਕੀ ਡਰ। ਤਾਂ ਇਹਦਾ ਭਾਵ ਹੈ ਕਿ ਜਦ ਆਪਾਂ ਕੋਈ ਜ਼ਿੰਮੇਵਾਰੀ ਲੈ ਲਈ ਜਾਂ ਕੋਈ ਆਪਾਂ ਔਖੇ ਕੰਮ ਨੂੰ ਹੱਥ ਪਾ ਲਿਆ, ਤਾਂ ਆਪਾਂ ਨੂੰ ਉਹਦੀਆਂ ਦੁੱਖ ਤਕਲੀਫਾਂ ਤੋਂ ਡਰਨਾ ਨਹੀਂ ਚਾਹੀਦਾ। ਠੀਕ ਹੈ ਜੀ। ਫਿਰ ਹੈ ਜੀ, ਉਂਗਲੀ ਫੜ ਅਤੇ ਪੌਂਚਾ ਫੜਾ। ਇਹਦਾ ਭਾਵ ਹੈ ਕਿਸੇ ਦੀ ਮਦਦ ਕਰੀਏ ਤਾਂ ਉਹ ਅੱਗੋਂ ਦੁੱਗਣੀ ਮਦਦ ਕਰਦਾ ਹੈ। ਠੀਕ ਹੈ ਜੀ। ਫਿਰ ਹੈ ਉੱਚਾ ਲੰਮਾ ਗੱਭਰੂ ਪੱਲੇ ਠੀਕਰੀਆਂ। ਤਾਂ ਇਹਦਾ ਭਾਵ ਹੈ ਜਿਹੜਾ ਵੇਖਣ ਨੂੰ ਬੜਾ ਚੰਗਾ ਜਾਪੇ ਪਰ ਨਿਕੰਮਾ ਹੋਵੇ, ਸ਼ਕਲ ਦਾ ਚੰਗਾ ਪਰ ਗੁਣਾ ਕਰਕੇ ਮਾੜਾ ਹੋਵੇ, ਉਹਦੇ ਲਈ ਆਪਾਂ ਇਹ ਅਖਾਣ ਵਰਤਦੇ ਹਾਂ ਜੀ। ਫਿਰ ਹੈ ਉਜੜੇ ਬਾਗਾਂ ਦੇ ਗਾਲੜ ਪਟਵਾਰੀ। ਤਾਂ ਇਹਦਾ ਭਾਵ ਹੈ ਜਦ ਕਿਸੇ ਨਕਸ਼ਮੀ ਸ਼ਹਿਦ ਦਾ ਕੋਈ ਮਾਮੂਲੀ ਜਿਹਾ ਆਦਮੀ ਬਣ ਬਣ ਕੇ ਬਹਿੰਦਾ ਹੈ, ਤਾਂ ਆਪਾਂ ਇਹ ਅਖਾਣ ਵਰਤਦੇ ਹਾਂ। ਉਜੜੇ ਪਿੰਡ ਭੜੋਲਾ ਮਹਿਲ, ਇਹ ਵੀ ਉੱਪਰ ਵਾਲੀ ਖਬਰ ਜਿਹੜੀ ਅਖਾਣ ਹੈ ਉਹਦੇ ਵਰਗੀ ਹੈ। ਜਦ ਕਿਸੇ ਥਾਂ 'ਤੇ ਕੋਈ ਚੰਗੀ ਚੀਜ਼ ਨਾ ਲੱਭੇ ਤਾਂ ਮਾੜੀ ਮੋਟੀ ਨਿਕੰਮੀ ਸ਼ਹਿਦ ਦੀ ਕਦਰ ਪੈ ਜਾਂਦੀ ਹੈ। ਠੀਕ ਹੈ ਜੀ। ਫਿਰ ਹੈ ਜੀ, ਉੱਠ ਨੀ ਨੋਹੇ ਨੌ ਨਿਸਲ ਹੋ, ਚਰਖਾ ਛੱਡ ਚੱਕੀ ਝੋ। ਇਹਦਾ ਭਾਵ ਹੈ ਜਦ ਕਿਸੇ ਕੰਮ ਤੋਂ ਸਾਹ ਦਿਵਾਉਣ ਦੀ ਥਾਂ ਉਹਨੂੰ ਔਖਾ ਕੰਮ ਕਰਨ ਲਈ ਹੋਰ ਵੀ ਔਖਾ ਕੰਮ ਕਰਨ ਲਈ ਕਹਿ ਦਿੱਤਾ ਜਾਵੇ, ਤਾਂ ਆਪਾਂ ਇਹ ਅਖਾਣ ਵਰਤਦੇ ਹਾਂ। ਫਿਰ ਹੈ ਜੀ ਦਸ ਨੰਬਰ, ਉੱਠਦਾ ਹੰਗਾ ਫਿੱਟੇ ਮੂੰਹ ਗੋਡਿਆਂ ਦੇ, ਉੱਠਿਆ ਨਾ ਜਾਵੇ ਆਪ ਤੋਂ ਫਿੱਟੇ ਮੂੰਹ ਗੋਡਿਆਂ ਦੇ। ਤਾਂ ਇਹ ਦੋਵੇਂ ਜਿਹੜੀ ਅਖਾਣਾਂ ਇਹਦਾ ਭਾਵ ਹੈ ਜਿਹੜਾ ਆਦਮੀ ਕੋਈ ਕੰਮ ਕਰਨ ਦਾ ਚਾਹਵਾਨ ਹੋਵੇ ਪਰ ਦੋਸ਼ ਹੋਰ ਨਾ ਸਿਰ ਥਾਪੇ। ਫਿਰ ਹੈ ਜੀ ਗਿਆਰਾਂ ਨੰਬਰ, ਉਤਾਵਲਾ ਸੋ ਬਾਵਲਾ। ਇਹਦਾ ਭਾਵ ਹੈ ਜਿਹੜਾ ਆਦਮੀ ਕਾਲਾ ਪੈ ਜਾਵੇ ਉਹਦਾ ਦਿਮਾਗ ਸੋਚਣ ਜੋਗਾ ਨਹੀਂ ਰਹਿ ਜਾਂਦਾ, ਇਸ ਕਰਕੇ ਉਹ ਪਾਗਲਾਂ ਸ਼ੁਦਾਈਆਂ ਵਾਂਗਰ ਕੰਮ ਵਿਗਾੜ ਦਿੰਦਾ ਹੈ। ਠੀਕ ਹੈ ਜੀ। ਫਿਰ ਹੈ ਜੀ 12 ਨੰਬਰ, ਉਹ ਬੀਬੀਆਂ ਦਾੜੀਆਂ ਵਿੱਚੋਂ ਕਾਲੇ ਕਾਂ। ਤਾਂ ਇਹਦਾ ਜੀ ਜਦ ਕੋਈ ਬੰਦਾ ਵੇਖਣ ਨੂੰ ਬੜਾ ਸਾਊ ਅਤੇ ਸ਼ਰੀਫ ਹੋਵੇ ਪਰ ਅਸਲ ਵਿੱਚ ਉਹ ਐਬੀ ਅਤੇ ਐਬ ਕਰਦਾ ਫੜਿਆ ਜਾਵੇ, ਤਾਂ ਵਰਤਦੇ ਹਾਂ। ਠੀਕ ਹੈ ਜੀ। ਫਿਰ ਹੈ ਜੀ 13 ਨੰਬਰ, ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪਾਉਣ। ਤਾਂ ਇਹਦਾ ਮਤਲਬ ਹੈ ਜੀ ਉੱਦਮ ਕੀਤਿਆਂ ਸਫਲਤਾ ਮਿਲਦੀ ਹੈ ਅਤੇ ਦੌਲਤ ਵੀ ਮਿਲਦੀ ਹੈ। ਠੀਕ ਹੈ ਜੀ। ਫਿਰ ਹੈ ਜੀ 14 ਨੰਬਰ, ਉੱਠ ਉਡਾਉਂਦੇ ਹੀ ਲੱਦੀਦੇ ਹਨ। ਤਾਂ ਇਹਦਾ ਭਾਵ ਹੈ ਜਦ ਕਿਸੇ ਤੋਂ ਉਹਦੇ ਨਾਂ ਨੁੱਕਰ ਕਰਦਿਆਂ ਹੀ ਕੰਮ ਲੈਣਾ ਹੋਵੇ ਤਾਂ ਕਹਿੰਦੇ ਜੀ। ਫਿਰ ਹੈ ਜੀ ਉੱਠ ਅਤੇ ਚੜੀ ਨੂੰ ਕੁੱਤਾ ਵੱਢ ਖਾਊ। ਤਾਂ ਇਹਦਾ ਭਾਵ ਹੈ ਜੀ ਜਿਹੜਾ ਆਦਮੀ ਹਰ ਤਰ੍ਹਾਂ ਦੇ ਖਤਰੇ ਤੋਂ ਲੱਗਦੀ ਵਾਹ ਸੁਰੱਖਿਅਤ ਹੋਵੇ ਉਹਨੂੰ ਕਦਾ ਡਰ। ਫਿਰ ਹੈ ਜੀ 16 ਨੰਬਰ, ਉੱਠ ਅਤੇ ਚੜੀ ਨੂੰ ਦੋ ਦੋ ਦਿਸਦੇ ਹਨ। ਤਾਂ ਇਹਦਾ ਭਾਵ ਹੈ ਜਿਹੜਾ ਆਪ ਸੌਖਾ ਅਤੇ ਸੁਖੀ ਹੋਵੇ ਉਹਨੂੰ ਹੋਰਨਾਂ ਦੇ ਦੁੱਖ ਦੀ ਸਾਰ ਨਹੀਂ ਹੁੰਦੀ। ਫਿਰ ਹੈ ਜੀ ਉੱਠ ਤੋਂ ਛਾਨਣੀ ਲਾਇਆ ਭਾਰ ਹੌਲਾ ਹੋ ਜਾਊ। ਤਾਂ ਇਹਦਾ ਭਾਵ ਹੈ ਜਿਸ ਦੇ ਸਿਰ ਉੱਤੇ ਸਾਰਾ ਕੰਮ ਪਿਆ ਹੋਵੇ ਉਹਦੇ ਸਿਰੋਂ ਥੋੜ੍ਹਾ ਜਿਹਾ ਜਾਂ ਨਾ ਮਾਤਰ ਕੰਮ ਘਟਾ ਦੇਣ ਨਾਲ ਉਹਦਾ ਕੋਈ ਲਾਭ ਜਾਂ ਉਹਦਾ ਕੰਮ ਸੁਖਾਲਾ ਨਹੀਂ ਹੁੰਦਾ। ਫਿਰ ਹੈ ਜੀ ਉੱਠ ਦੇ ਗੱਲ ਟੱਲੀ। ਤਾਂ ਇਹਦਾ ਭਾਵ ਹੈ ਜਦ ਕੋਈ ਨਿੱਕੀ ਜਿਹੀ ਕੁੜੀ ਵੱਡੀ ਸਾਰੀ ਉਮਰ ਵਾਲੇ ਮਨੁੱਖ ਨਾਲ ਵਿਆਹ ਦਿੱਤੀ ਜਾਵੇ ਤਾਂ ਇਹਨੂੰ ਉੱਠ ਦੇ ਗੱਲ ਟੱਲੀ ਕਹਿੰਦੇ ਹੈ। ਫਿਰ ਹੈ ਜੀ ਓੜਕ ਬੱਚਾ ਮੂਲਿਆ ਤੂੰ ਹੱਟੀ ਬਹਿਣਾ। ਤਾਂ ਇਹਦਾ ਭਾਵ ਹੈ ਜਦ ਕੋਈ ਜਣਾ ਥਾਂ ਥਾਂ ਭਟਕਦਾ ਫਿਰੇ ਕਿਸੇ ਕੰਮ ਨੂੰ ਹੱਥ ਪਾਵੇ ਤਾਂ ਕਦੇ ਕਿਸੇ ਨੂੰ ਪਰ ਸਫਲ ਕਿਸੇ ਵਿੱਚ ਵੀ ਨਾ ਹੋਵੇ ਤਾਂ ਅੰਤ ਹਾਰ ਕੇ ਉਹਨੂੰ
ਉਹੀ ਕੰਮ ਕਰਨਾ ਪੈਂਦਾ ਹੈ ਜਿਸ ਨੂੰ ਉਹ ਨਖਿੱਧ ਸਮਝਦਾ ਹੋਵੇ। ਭੌਰੋਂ ਕੇ ਅੰਤ ਨੂੰ ਉਹਨੂੰ ਉਹ ਕਿੱਤਾ ਧਰਨਾ ਪੈਂਦਾ ਹੈ ਜਿਹੜਾ ਉਹਦੇ ਪਿਓ ਦਾਦੇ ਕਰਦੇ ਆਏ ਹੋਣ। ਤਾਂ ਆਪਾਂ ਅਖਬਾਰ ਜਿਹੜੀ ਅਖਾਣ ਹੈ ਇਹ ਵਰਤਦੇ ਹਾਂ ਜੀ। ਫਿਰ ਹੈ ਜੀ 20 ਨੰਬਰ, ਇੱਥੋਂ ਆੜੇ ਵਾਲੀ ਆਪਣੀ ਜਿਹੜੀ ਅਖਾਣ ਸ਼ੁਰੂ ਹੁੰਦੀ ਹੈ, ਅਸ਼ਰਫੀਆਂ ਦੀ ਲੁੱਟ ਅਤੇ ਕੋਲਿਆਂ ਉੱਤੇ ਮੋਹਰ। ਅਤੇ ਇਹਦਾ ਮਤਲਬ ਹੈ ਘਟੀਆ ਚੀਜ਼ਾਂ ਨੂੰ ਸੰਭਾਲ ਸੰਭਾਲ ਕੇ ਰੱਖਣਾ ਅਤੇ ਵਧੀਆ ਕੀਮਤੀ ਸ਼ੈ ਨੂੰ ਸ਼ੈ ਦੀ ਪਰਵਾਹ ਜਾਂ ਸੰਭਾਲ ਨਾ ਕਰਨੀ। ਠੀਕ ਹੈ ਜੀ। ਫਿਰ ਹੈ ਅਕਲ ਦਾ ਅੰਨਾ ਪਰ ਗੰਢ ਦਾ ਪੂਰਾ। ਇਹਦਾ ਭਾਵ ਹੈ ਜਿਹੜਾ ਵਿਅਕਤੀ ਧਨਾਟ ਹੋਵੇ ਅਤੇ ਨਾਲ ਹੀ ਮੂਰਖ ਹੋਵੇ, ਉਸ ਬਾਰੇ ਆਪਾਂ ਇਹ ਅਖਾਣ ਵਰਤਦੇ ਹਾਂ। ਫਿਰ ਹੈ ਜੀ ਅੱਖ ਹੱਡੀ ਹੀ ਰਹਿ ਗਈ ਕੱਜਲ ਨੂੰ ਇਲ ਲੈ ਗਈ। ਤਾਂ ਇਹਦਾ ਭਾਵ ਹੈ ਦਿਲ ਦੀਆਂ ਤਾਂਗਾਂ ਆਸਾਂ ਵਿੱਚ ਰਹਿ ਗਈਆਂ, ਕਿਸੇ ਸ਼ਹਿ ਦੇ ਮਿਲ ਜਾਣ 'ਤੇ ਪੱਕੀ ਆਸ ਧਾਰ ਕੇ ਉਹਨਾਂ ਨੂੰ ਲੈਣ ਵਰਤਣ ਲਈ ਤਿਆਰ ਹੋਏ ਹੋਣਾ, ਪਰ ਉਹ ਅਚਨਚੇਤ ਹੱਥੋਂ ਖੁਸ ਜਾਣੀ। ਤਾਂ ਆਪਾਂ ਇਹ ਅਖਾਣ ਵਰਤਦੇ ਹਾਂ ਜੀ। ਫਿਰ ਹੈ ਜੀ ਅੱਖੀ ਡਿੱਠਾ ਭਾਵੇ ਨਾ ਕੁੱਚੜ ਬਹੇ ਨਿਲੱਚ। ਤਾਂ ਇਹਦਾ ਭਾਵ ਹੈ ਇਹਨੂੰ ਕੋਈ ਵੇਖਣਾ ਵੀ ਨਹੀਂ ਚਾਹੁੰਦਾ, ਪਰ ਇਹ ਢੀਠ ਨੇੜੇ ਢੁੱਕ ਢੁੱਕ ਕੇ ਬਹਿੰਦਾ ਹੈ। ਠੀਕ ਹੈ ਜੀ। ਫਿਰ ਹੈ ਅੱਗ ਖਾਵੇ ਅੰਗਿਆਰੀਆਂ ਹੈਗੇ। ਤਾਂ ਇਹਦਾ ਭਾਵ ਹੈ ਜਿਹੋ ਜਿਹਾ ਕੋਈ ਕੰਮ ਕਰੇਗਾ ਉਹ ਜਾਈ ਉਹ ਸਿੱਟਾ ਨਿਕਲੇਗਾ। ਫਿਰ ਹੈ ਜੀ ਅੱਗ ਲੈਣ ਆਈ ਘਰ ਵਾਲੀ ਬਣ ਬੈਠੀ। ਤਾਂ ਇਹਦਾ ਭਾਵ ਹੈ ਕਿਸੇ ਦੇ ਕਿਸੇ ਹੋਰ ਦੀ ਸ਼ੈ ਉੱਪਰ ਬਦੋ ਬਦੀ ਕਬਜ਼ਾ ਕਰਕੇ ਬਹਿਣ ਨੂੰ। ਤਾਂ ਇਹ ਆਪਾਂ ਖਾਣ ਵਰਤਦੇ ਹਾਂ ਜੀ। ਅੱਡ ਖਾਏ ਸੋ ਡੱਡ ਖਾਏ, ਵੰਡ ਖਾਏ ਸੋ ਖੰਡ ਖਾਏ। ਤਾਂ ਇਹਦਾ ਭਾਵ ਹੈ ਕੋਈ ਵਿਅਕਤੀ ਇਕੱਲਾ ਹੀ ਵਰਤਣ ਜਾਂ ਖਾਣ ਦੀ ਥਾਂ ਹੋਰਨਾਂ ਨਾਲ ਵੰਡ ਕੇ ਖਾਣ ਵਰਤਣ ਦੇ ਹੱਕ ਉੱਪਰ ਉਪਦੇਸ਼ ਦੇਣ ਲਈ ਵਰਤਦੇ ਹਾਂ। ਠੀਕ ਹੈ ਜੀ। ਅੰਦਰ ਹੋਏ ਸੱਚ ਤਾਂ ਕੋਠੇ ਚੜ੍ਹ ਕੇ ਨੱਚ। ਤਾਂ ਸੱਚੇ ਆਦਮੀ ਨੂੰ ਡਰ ਡਰ ਕੇ ਜਾਂ ਲੁੱਕ ਲੁੱਕ ਕੇ ਬਹਿਣ ਦੀ ਲੋੜ ਨਹੀਂ ਹੁੰਦੀ। ਠੀਕ ਹੈ ਜੀ। ਫਿਰ ਅਗਲੀ ਖਾਣ ਅੰਨਾ ਕੁੱਤਾ ਹਰਨਾਂ ਦਾ ਸ਼ਿਕਾਰੀ। ਤਾਂ ਇਹਦਾ ਭਾਵ ਹੈ ਕਿਸੇ ਦਾ ਅਜਿਹੇ ਕੰਮ ਨੂੰ ਹੱਥ ਪਾਉਣਾ ਜਾਂ ਕਿਸੇ ਦੇ ਜੁੰਮੇ ਅਜਿਹੇ ਕੰਮ ਲੱਗ ਜਾਣਾ ਜਿਸ ਨੂੰ ਉਹ ਮੂਲੋਂ ਹੀ ਕਰਨ ਯੋਗਾ ਨਾ ਹੋਵੇ। ਫਿਰ ਹੈ ਜੀ ਅੰਨੀ ਕੁੱਕੜੀ ਖਸ ਖਸ ਦਾ ਚੋਗਾ। ਇਹਦਾ ਭਾਵ ਹੈ ਅੰਨਾ ਕੁੱਤਾ ਹਰਨੀ ਦਾ ਸ਼ਿਕਾਰ ਕਰਨ ਵਾਲਾ ਅਰਥ ਹੀ ਢੁੱਕਦਾ। ਠੀਕ ਹੈ ਜੀ। ਜਿਹੜਾ ਆਪਾਂ ਉੱਪਰ ਜਿਹੜਾ ਅਰਥ ਪੜਿਆ ਸੇਮ ਇਹੀ ਹੈ। ਫਿਰ ਹੈ ਜੀ ਅੰਨਾ ਕੁੱਤਾ ਵਾਂ ਨੂੰ ਭੌਂਕੇ। ਇਹਦਾ ਭਾਵ ਹੈ ਕਿਸੇ ਗੱਲ ਦਾ ਪਤਾ ਥਾਉ ਨਾ, ਪਰ ਐਵੇਂ ਹੀ ਸਿਰ ਢਾਈ ਅਤੇ ਅਗਲੇ ਨੂੰ ਕਪਾਈ ਜਾਣਾ। ਠੀਕ ਹੈ ਜੀ। ਮਤਲਬ ਜਿਹਨੂੰ ਪਤਾ ਕੁਛ ਨਾ ਹੋਏ ਅਤੇ ਐਵੇਂ ਬੋਲੀ ਜਾਏ, ਉੱਥੇ ਆਪਾਂ ਅਖਾਣ ਵਰਤਦੇ ਹਾਂ ਜੀ। ਠੀਕ ਹੈ। ਅੰਨਾ ਵੰਡੇ ਸ਼ੀਰਨੀਆਂ ਮੁੜ ਮੁੜ ਆਪਣਿਆਂ ਨੂੰ। ਤਾਂ ਇਹਦਾ ਜਿਹੜਾ ਮਤਲਬ ਹੈ ਇਹਦਾ ਜੀ ਆਪਣੇ ਸਖੀ ਸੋਦਰਿਆਂ ਨੂੰ ਘੜੀ ਮੁੜੀ ਲਾਭ ਪਹੁੰਚਾਈ ਜਾਣਾ ਅਤੇ ਹੋਰਨਾਂ ਵੱਲ ਧਿਆਨ ਨਾ ਦੇਣਾ। ਫਿਰ ਹੈ ਜੀ ਅੰਨੀ ਅੰਨਾ ਰਲਿਆ ਤਾਂ ਝੁੱਗਾ ਗਲਿਆ। ਇਹਦਾ ਭਾਵ ਹੈ ਜੇ ਵਹੁਟੀ ਅਤੇ ਘਰ ਵਾਲਾ ਦੋਵੇਂ ਹੀ ਭੈੜੇ ਜਾਂ ਬੇਸਮਝ ਹੋਣ ਤਾਂ ਘਰ ਦੀ ਮੂੰਹ ਦੂਜੇ ਪਾਸੇ ਲੱਗ ਜਾਂਦੀ ਹੈ, ਮਤਲਬ ਜਿਹੜਾ ਘਰ ਦਾ ਨੁਕਸਾਨ ਹੋ ਜਾਂਦਾ। ਫਿਰ ਹੈ ਜੀ ਅਗਲੀ ਜਿਹੜੀ ਖਾਣੇ 33 ਨੰਬਰ ਅੰਨੇ ਅੱਗੇ ਰੋਣਾ ਅੱਖੀਆਂ ਦਾ ਖੋਹ। ਤਾਂ ਇਹਦਾ ਭਾਵ ਹੈ ਕਿਸੇ ਅਜਿਹੇ ਬੰਦੇ ਅੱਗੇ ਆਪਣੇ ਰੋਣੇ ਰੋਣਾ ਅਤੇ ਦੁੱਖ ਫੋਲਣਾ ਜਿਸ ਦੇ ਦਿਲ ਵਿੱਚ ਹਮਦਰਦੀ ਉਪਜੇ ਹੀ ਨਾ। ਤਾਂ ਆਪਾਂ ਇਹ ਖਾਣ ਵਰਤਦੇ ਹਾਂ ਜੀ। ਠੀਕ ਹੈ ਜੀ। ਫਿਰ ਹੈ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀਂ ਰਹਿੰਦੀ। ਤਾਂ ਇਹਦਾ ਭਾਵ ਹੈ ਜਦੋਂ ਕੋਈ ਚਾਹਵਾਨ ਅਤੇ ਲੋੜਵੰਦ ਹੋਵੇ ਕਿਸੇ ਚੰਗੀ ਚੌਖੀ ਵਧੀਆ ਸ਼ੈ ਦਾ, ਅਤੇ ਉਹਨੂੰ ਉਸੇ ਸ਼ੈ ਵਰਗੀ ਪਰ ਘਟੀਆ ਅਤੇ ਨਿਕੰਮੀ ਸ਼ੈ ਦੇ ਕੇ ਗਲੋਂ ਲਾਹੁਣ ਦਾ ਯਤਨ ਕੀਤਾ ਜਾਵੇ। ਠੀਕ ਹੈ ਜੀ। ਫਿਰ ਹੈ ਆਂਡੇ ਹੋਰ ਘਰ ਕੁੜਕੁੜ ਸਾਡੇ ਘਰ। ਤਾਂ ਇਹਦਾ ਜਿਹੜਾ ਭਾਵ ਹੈ ਸੁੱਖ ਸਹਾਇਤਾ ਹੋਰਨਾਂ ਨੂੰ ਦੇਣ ਅਤੇ ਖੇਚਲ ਪਾਉਣੀ ਹੋਰਨਾਂ ਨੂੰ। ਠੀਕ ਹੈ ਜੀ। ਫਿਰ ਹੈ ਆਪ ਤਾਂ ਕਿਸੇ ਜਿਹੀ ਨਾ ਨੱਕ ਚਾੜ ਨੇ ਸੋਰੀ ਆਪ ਤਾਂ ਕਿਸੇ ਜਿਹੀ ਨਾ ਨੱਕ ਚਾੜਨੇ ਰਹੀ ਨਾ। ਤਾਂ ਇਹਦਾ ਭਾਵ ਹੈ ਆਪ ਤਾਂ ਭਾਂਡੇ ਅਤੇ ਕੋਝੇ ਹੋਣਾ ਭੈੜੇ ਸੋਰੀ ਆਪ ਤਾਂ ਭੈੜੇ ਅਤੇ ਕੋਝੇ ਹੋਣਾ, ਪਰ ਹੋਰਨਾਂ ਨੂੰ ਨਿੰਦਣ ਅਤੇ ਉਹਨਾਂ 'ਤੇ ਨਫ਼ਰਤ ਕਰਨੀ। ਠੀਕ ਹੈ ਜੀ। ਫਿਰ ਅਗਲੀ ਖਾਣ ਆਪ ਕੁਚੋਜੀ ਵਿਹੜੇ ਨੂੰ ਦੋਸ਼। ਤਾਂ ਇਹਦਾ ਭਾਵ ਹੈ ਕੁਝ ਕਰਨ ਜੋਗੇ ਆਪ ਨਾ ਹੋਣਾ, ਪਰ ਕਹਿਣਾ
ਕਿ ਸੰਦ ਚੰਗੇ ਨਹੀਂ ਜਾਂ ਥਾਂ ਚੰਗੀ ਨਹੀਂ, ਮੈਂ ਕੰਮ ਕਿਵੇਂ ਕਰਾਂ, ਤਾਂ ਆਪਾਂ ਇਹ ਅਖਾਣ ਵਰਤਦੇ ਹਾਂ। ਫਿਰ ਹੈ ਜੀ 38 ਨੰਬਰ, ਆਪਣਾ ਜੋਗੀ ਗੁਆਂਢ ਬੁਲਾਵੇ, ਜਿਹਦਾ ਭਾਵ ਹੈ ਹੋਰਨਾਂ ਨੂੰ ਸਹਾਇਤਾ ਦੇ ਲਾਰੇ ਲਾਉਣਾ ਪਰ ਹੋਣਾ ਆਪਣਾ ਕੰਮ ਕਰਨ ਜੋਗੇ ਬਿਨਾਂ। ਫਿਰ ਹੈ ਜੀ ਅਗਲੀ ਅਖਾਣ, ਆਪ ਨਾ ਜਾਂਦੀ ਸਹੁਰੇ ਹੋਰੀ ਜਾਂ ਲੋਕੀ ਮੱਤਾਂ 'ਤੇ, ਜਿਹਦਾ ਭਾਵ ਹੈ ਆਪ ਕੁਝ ਨਾ ਕਰਨਾ ਪਰ ਹੋਰਨਾਂ ਨੂੰ ਉਪਦੇਸ਼ ਦੇਣਾ ਕਿ ਇੰਝ ਕਰੋ ਅਤੇ ਉਂਝ ਕਰੋ। ਫਿਰ ਹੈ ਜੀ 40 ਨੰਬਰ, ਆਪ ਬੁੱਝੇ ਬੱਤੀ ਸੁਲੱਖਣੀ ਦਿੱਤੀ ਲਵੇ ਤਾਂ 33 ਸੁਲੱਖਣਾ, ਜਿਹਦਾ ਭਾਵ ਹੈ ਜਿਹੜਾ ਆਪਣੀ ਮੱਤ ਸਿਆਣਪ ਦੇ ਆਸਰੇ ਕੰਮ ਠੀਕ ਕਰ ਲਵੇ ਉਹ ਵੱਡਾ ਚੰਗਾ ਹੁੰਦਾ ਹੈ, ਪਰ ਜਿਹੜਾ ਕਿਸੇ ਮੱਤ ਸਲਾਹ ਮੰਨ ਕੇ ਕੰਮ ਕਰ ਲਵੇ ਉਹ ਹੋਰ ਵਧੇਰੇ ਚੰਗਾ ਹੁੰਦਾ ਹੈ। ਅਮੋੜ ਜਾਂ ਆਪਣੀ ਕੁਮੱਤ ਮਗਰ ਲੱਗਣ ਵਾਲਿਆਂ ਲਈ ਉਪਦੇ ਜਿਹੜਾ ਇਹ ਅਖਾਣੇ ਵਰਤਦੇ ਹਨ। ਫਿਰ ਹੈ ਜੀ 41 ਨੰਬਰ, ਆਪਣਾ ਘਰ ਤੇ ਹਗ ਹਗ ਪਰ ਬਗਾਨਿਆਂ ਘਰ ਥੁੱਕਣ ਦਾ ਵੀ ਡਰ, ਤਾਂ ਇਹਦਾ ਭਾਵ ਹੈ ਆਪਣੀ ਚੀਜ਼ ਨੂੰ ਜਿਵੇਂ ਮਰਜ਼ੀ ਵਰਤ ਸਕਦਾ ਹੈ ਪਰ ਕੋਈ ਡਰ ਜਾਂ ਮਿਹਣਾ ਨਹੀਂ ਹੁੰਦਾ, ਪਰ ਜੇ ਆਪਾਂ ਕਿਸੇ ਹੋਰ ਦੀ ਚੀਜ਼ ਵਰਤਦੇ ਹਾਂ ਤਾਂ ਆਪਾਂ ਨੂੰ ਉਹਦਾ ਖਰਾਬ ਨਾ ਹੋ ਜਾਵੇ। ਸੋ ਇਹ ਉੱਥੇ ਇਹ ਆਪਾਂ ਅਖਾਣ ਵਰਤਦੇ ਹਾਂ, ਠੀਕ ਹੈ ਜੀ। ਆਪਣਾ ਨਾ ਭਰੇ ਦੂਜਿਆਂ ਅੱਗੇ ਕੀ ਧਰੇ, ਤਾਂ ਇਹਦਾ ਭਾਵ ਹੈ ਜਿਹੜਾ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਜੋਗਾ ਨਾ ਹੋਵੇ ਉਹਨੇ ਹੋਰਨਾਂ ਦੀਆਂ ਕੀ ਸਹਾਇਤਾ ਕਰਨੀ। ਫਿਰ ਹੈ ਜੀ 43 ਨੰਬਰ, ਆਪਣਾ ਨਿੰਗਰ ਪਰਾਇਆ ਡਿੰਗਰ ਜਾਂ ਘੁਮਿਆਰੀ ਆਪਣਾ ਹੀ ਭਾਂਡਾ ਸਲਾਉਂਦੀ ਹੈ, ਤਾਂ ਇਹਦਾ ਭਾਵ ਹੈ ਹਰ ਕਿਸੇ ਨੂੰ ਆਪਣੀ ਜਿਹੜੀ ਸ਼ੈ ਚੰਗੀ ਲੱਗਦੀ ਹੈ ਪਰ ਪਰਾਈ ਮੰਦੀ ਜਾਂ ਨੁਕਸਾਨ ਭਰੀ ਦਿਸਦੀ ਹੈ। ਫਿਰ ਹੈ ਜੀ 44 ਨੰਬਰ, ਆਪਣੀ ਦੇ ਗਿੱਟੇ ਭੰਨਾ ਚੁੰਮਾ ਪੈਰ ਪਰਾਇਆਂ ਦੇ, ਤਾਂ ਇਹਦਾ ਭਾਵ ਹੈ ਆਪਣੇ ਸਕੀ ਸੰਬੰਧੀਆਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਉਹਨਾਂ ਨਾਲ ਭੈੜੇ ਸਲੂਕ ਕਰਨਾ ਪਰ ਓਪਰਿਆਂ ਨੂੰ ਚੰਗਾ ਜਾਣਨਾ ਜਾਂ ਉਹਨਾਂ ਦਾ ਆਦਰ ਸਤਿਕਾਰ ਕਰਨਾ। ਫਿਰ ਹੈ ਜੀ 45 ਨੰਬਰ, ਆਪਣੀ ਅਕਲ ਅਤੇ ਪਰਾਇਆ ਧਨ ਹਰ ਕਿਸੇ ਨੂੰ ਕਈ ਗੁਣਾ ਵੱਧ ਵਿਖਾਈ ਦਿੰਦਾ, ਤਾਂ ਇਹਦਾ ਭਾਵ ਹੈ ਜਦ ਕੋਈ ਅਗਲਿਆਂ ਨੂੰ ਨੁਕਸ ਕੱਢ ਕੇ ਅਤੇ ਉਹਨਾਂ ਨੂੰ ਅਕਲਹੀਣਾ ਆਖੇ ਜਾਂ ਹੋਰਨਾਂ ਦੇ ਧਨ ਮਾਲ ਦੀ ਗਾਂਝ ਕਰੇ ਅਤੇ ਆਪਣੇ ਨੂੰ ਲੁਕਾਵੇ ਅਤੇ ਥੋੜ੍ਹਾ ਦੱਸੇ, ਉੱਥੇ ਉਸ ਮੌਕੇ 'ਤੇ ਜਿਹੜੀ ਇਹ ਆਪਾਂ ਖਾਣ ਵਰਤਦੇ ਹਾਂ। ਫਿਰ ਹੈ ਜੀ 46 ਨੰਬਰ, ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ, ਤਾਂ ਇਹਦਾ ਭਾਵ ਹੈ ਆਪਣੇ ਘਰ ਵਿੱਚ ਘਰ ਅਤੇ ਆਪਣੇ ਹਿਮਾਇਤੀਆਂ ਵਿੱਚ ਬੈਠ ਕੇ ਹਰ ਕੋਈ ਆਕੜ ਖਾਂ ਬਣ ਸਕਦਾ ਹੈ, ਜਿੱਥੇ ਕਿਸੇ ਦਾ ਹਿਮਾਇਤੀ ਸੰਬੰਧੀ ਹੋਣ ਉੱਥੇ ਮਾੜਾ ਬੰਦਾ ਵੀ ਲਲਕਾਰੇ ਮਾਰਨ ਲੱਗ ਪੈਂਦਾ ਹੈ, ਠੀਕ ਹੈ ਜੀ। ਫਿਰ ਹੈ ਜੀ ਆਪਣੀ ਜੁੱਤੀਆਂ ਅਤੇ ਆਪਣਾ ਸਿਰ, ਇਹਦਾ ਭਾਵ ਹੈ ਆਪਣੇ ਹੱਥੀਂ ਆਪਣਾ ਨੁਕਸਾਨ ਕਰਨਾ, ਠੀਕ ਹੈ ਜੀ। ਜਾਂ ਇੱਕ ਹੋਰ ਅਖਾਣ ਹੈ, ਆਪਣੀ ਪੈਰੀ ਆਪ ਕੁਹਾੜਾ ਮਾਰਨਾ, ਇਹਦਾ ਵੀ ਜਿਹੜਾ ਸੇਮ ਭਾਵ ਹੈ ਮਤਲਬ ਆਪਣਾ ਨੁਕਸਾਨ ਆਪ ਕਰਨਾ। ਫਿਰ ਹੈ ਜੀ 48 ਨੰਬਰ, ਆਪਣਿਆਂ ਨਾ ਦੱਸਾਂ ਅਤੇ ਪਰਾਇਆਂ ਕਰ ਹੱਸਾਂ, ਤਾਂ ਇਹਦਾ ਭਾਵ ਹੈ ਆਪਣੀ ਭੁੱਲ ਜਾਂ ਕਮਜ਼ੋਰੀ ਲੁਕਾਉਣੀ ਅਤੇ ਹੋਰਨਾਂ ਦੇ ਨੁਕਸ ਕੱਢਣਾ, ਠੀਕ ਹੈ ਜੀ। ਫਿਰ ਹੈ 49 ਨੰਬਰ, ਇਹਦਾ ਜਿਹੜੀ ਅਖਾਣ ਹੈ, ਆਪਣੇ ਘਰ ਪਕਾਈ ਨਾ ਅਤੇ ਸਾਡੇ ਘਰ ਆਈ ਨਾ, ਇਹਦਾ ਭਾਵ ਹੈ ਅਗਲੇ ਨੂੰ ਅਜਿਹੇ ਲਾਰੇ ਲਾਉਣੇ ਕਿ ਨਾ ਉਹਦਾ ਕੰਮ ਆਪ ਕਰਨਾ ਅਤੇ ਨਾ ਉਹਨੂੰ ਆਪ ਕਰਨ ਦੇਣਾ। ਫਿਰ ਹੈ ਜੀ 50 ਨੰਬਰ, ਆਪਣੇ ਘਰ ਅੱਗੇ ਤਾਂ ਅੱਗ, ਆਪਣੇ ਘਰ ਲੱਗੇ ਤਾਂ ਅੱਗ ਦੂਜੇ ਘਰ ਲੱਗੇ ਤਾਂ ਬਸੰਤਰ, ਠੀਕ ਹੈ ਜੀ। ਇਹਦਾ ਭਾਵ ਹੈ ਜਿਸ ਨੂੰ ਕੋਈ ਦੁੱਖ ਲੱਗਦਾ ਹੈ ਜਾਂ ਬਿਪਤਾ ਪੈਂਦੀ ਹੈ ਪੀੜ ਕਸ਼ ਦਾ ਗਿਆਨ ਉਹਨੂੰ ਹੀ ਹੁੰਦਾ ਹੈ, ਹੋਰਨਾਂ ਦੇ ਦੁੱਖਾਂ ਨੂੰ ਨੁਕਸਾਨ ਇਵੇਂ ਕਿਵੇਂ ਹੀ ਗਿਣਦੇ ਹਨ, ਸਗੋਂ ਵੇਖ ਕੇ ਖੁਸ਼ ਹੁੰਦੇ ਹਨ। ਆਪਣੇ ਨੁਕਸਾਨ ਤੋਂ ਤਾਂ ਪੀੜ ਮਨਾਉਣ ਪਰ ਅਗਲੇ ਨੁਕਸਾਨ ਨੂੰ ਟਿੱਚ ਸਮਝਣ ਬਾਰੇ ਇਹ ਜਿਹੜੀ ਅਖਾਣ ਹੈ ਵਰਤੀ ਜਾਂਦੀ ਹੈ। ਫਿਰ ਹੈ ਜੀ 51 ਨੰਬਰ, ਇੱਕ ਅਨਾਰ 100 ਬਿਮਾਰ, ਇੱਕ ਜਿਹੜੀ ਥੋੜ੍ਹੀ ਜਿਹੀ ਚੀਜ਼ ਹੈ ਉਹਦੇ ਲਈ ਬਹੁਤ ਸਾਰੇ ਲੋੜਵੰਦ ਹੋਣਾ। ਫਿਰ ਹੈ ਜੀ ਇੱਕ ਬੰਬੂ ਅਤੇ ਪਿੰਡ ਭੁੱਸਿਆਂ ਦਾ, ਇੱਕ ਬਿੰਬੂ ਅਤੇ ਪਿੰਡ ਭੁੱਸਿਆਂ ਦਾ, ਤਾਂ ਇਹਦਾ ਭਾਵ ਹੈ ਜਦ ਚੀਜ਼ ਥੋੜ੍ਹੀ ਹੋਵੇ ਅਤੇ ਉਸਦੇ ਲੋੜਵੰਦ ਬਹੁਤ ਜ਼ਿਆਦਾ ਹੋਣ। ਫਿਰ ਹੈ ਜੀ ਇਹ ਵੀ ਸੇਮ ਅਖਾਣ ਹੈ, ਇੱਕ ਬੋਟੀ ਅਤੇ 100 ਕੁੱਤਾ, ਇਹ ਵੀ ਸੇਮ ਮੀਨਿੰਗ ਹੈ, ਜਦੋਂ ਚੀਜ਼ ਥੋੜ੍ਹੀ ਹੋਵੇ ਤਾਂ ਲੋੜਵੰਦ ਜ਼ਿਆਦਾ ਹੋਣ। ਫਿਰ ਹੈ ਜੀ 53 ਨੰਬਰ, ਇੱਕ ਇੱਕ ਅਤੇ 2 11, ਜਮਾਤ ਕਰਮਾਤ,
ਏਕ ਦੀ ਬਰਕਤ ਦੱਸਣ ਲਈ ਵਰਤਦੇ ਹਨ। ਜਿਸ ਕੋਲ ਦੋ ਏਕੇ ਰਲ ਕੇ 11 ਸੋਰੀ ਜਿਸ ਤਰ੍ਹਾਂ ਦੋ ਏਕੇ ਰਲ ਕੇ 11 ਬਣ ਜਾਂਦੇ ਹਨ, ਇਸੇ ਤਰ੍ਹਾਂ ਮਾੜੇ ਬੰਦੇ ਵੀ ਜੇ ਏਕਾ ਕਰ ਲੈਣ ਤਾਂ ਉਹ ਤਕੜਿਆਂ ਦਾ ਸਾਹਮਣਾ ਕਰ ਸਕਦੇ ਹਨ। ਠੀਕ ਹੈ ਜੀ। ਫਿਰ ਹੈ 55 ਨੰਬਰ, ਇੱਕ ਸੱਪ ਦੂਜਾ ਉੱਡਣਾ। ਤਦ ਭਾਵ ਹੈ ਜਦ ਇੱਕ ਬੰਦੇ ਵਿੱਚ ਇੱਕ ਤੋਂ ਵੱਧ ਭੈੜੇ ਗੁਣ ਹੋਣ ਤਾਂ ਪਾਇਖਾਨ ਵਰਤਦੇ ਹਾਂ। ਫਿਰ ਹੈ ਜੀ 56 ਨੰਬਰ, ਇੱਕ ਚੁੱਪ ਸੌ ਸੁੱਖ। ਕਈ ਮੌਕਿਆਂ 'ਤੇ ਆਪਣੀ ਰਾਏ ਪ੍ਰਗਟ ਕਰਨ ਨਾਲੋਂ ਚੁੱਪ ਰਹਿਣਾ ਜ਼ਿਆਦਾ ਲਾਭਦਾਇਕ ਹੁੰਦਾ। ਫਿਰ ਹੈ ਜੀ 57 ਨੰਬਰ, ਇੱਕ ਨੂੰ ਕੀ ਰੋਨੀ ਏ ਇੱਥੇ ਊਤ ਗਿਆ ਈ ਆਵਾ। ਮਤਲਬ ਇਹ ਜਿਹੜੀ ਅਖਾਣ ਹੈ, ਜਦੋਂ ਮਤਲਬ ਸਾਰੇ ਹੀ ਭੈੜੇ ਹੋਣ ਜਾਂ ਸਾਰੇ ਹੀ ਮਾੜੇ ਕੰਮ ਕਰਦੇ ਹੋਣ ਤਾਂ ਆਪਾਂ ਜਿਹੜੀ ਇਹ ਅਖਾਣ ਵਰਤਦੇ ਹਾਂ। ਫਿਰ ਹੈ ਜੀ 58 ਨੰਬਰ, ਇੱਕ ਵੇਲੇ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ। ਠੀਕ ਹੈ ਜੀ। ਤਾਂ ਇਹਦਾ ਸੇਮ ਮੀਨਿੰਗ ਹੈ, ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਜਿਵੇਂ ਕਿ ਨੀਚੀ ਆਪਣੀ 51 ਜਿਹੜੀ ਅਖਾਣ ਹੈ। ਮਤਲਬ ਇੱਕ ਥਾਂ 'ਤੇ ਸੇਮ ਇੱਕੋ ਤਰ੍ਹਾਂ ਦੇ ਬੰਦੇ ਜਾਂ ਇੱਕੋ ਤਰ੍ਹਾਂ ਦੀ ਵਿਅਕਤੀ ਨਹੀਂ ਰਹਿ ਸਕਦੇ। ਫਿਰ ਹੈ ਜੀ 60 ਨੰਬਰ, ਇੱਕ ਮੱਛੀ ਸਾਰਾ ਜਲ ਗੰਦਾ ਕਰ ਦਿੰਦੀ ਹੈ। ਭਾਵ ਹੈ ਇਹਦਾ ਕਿ ਇੱਕ ਜਿਹੜਾ ਭੈੜਾ ਬੰਦਾ ਹੈ ਉਹ ਸਾਰਾ ਹੀ ਜਿਹੜਾ ਬਾਕੀਆਂ ਨੂੰ ਵੀ ਗੰਦੇ ਕਰ ਦਿੰਦਾ। ਫਿਰ ਹੈ ਜੀ ਇੱਕੋ ਆਂਡਾ ਉਹ ਵੀ ਗੰਦਾ। ਜਦ ਕਿਸੇ ਨੂੰ ਕਿਸੇ ਦੀ ਸ਼ਹਿਰ ਜਾਂ ਜਣੇ ਦਾ ਸਹਾਰਾ ਹੋਵੇ ਜਾਂ ਜਦ ਕਿਸੇ ਦਾ ਕੋਈ ਇੱਕ ਪੁੱਤ ਹੋਵੇ ਅਤੇ ਉਹ ਵੀ ਭੈੜਾ ਨਿਕਲ ਜਾਵੇ ਤਾਂ ਜਿਹੜੀ ਇਹ ਅਖਾਣ ਆਪਾਂ ਵਰਤਦੇ ਹਾਂ। ਫਿਰ ਹੈ ਜੀ 62 ਨੰਬਰ, ਇਹਨਾਂ ਤਿਲਾਂ ਵਿੱਚ ਤੇਲ ਨਹੀਂ। ਤਾਂ ਇਹਦਾ ਭਾਵ ਹੈ ਇਸ ਬੰਦੇ ਪਾਸ ਜਾਂ ਇਸ ਥਾਂ ਤੋਂ ਕੁਝ ਨਹੀਂ ਮਿਲਣਾ, ਆਸ ਪੂਰੀ ਨਹੀਂ ਹੋਣੀ। ਫਿਰ ਹੈ ਜੀ 63 ਨੰਬਰ, ਇੱਟ ਚੁੱਕਦੇ ਨੂੰ ਪੱਥਰ ਤਿਆਰ। ਤਾਂ ਇਹਦਾ ਭਾਵ ਹੈ ਅਜਿਹਾ ਵਰਤੋਗੇ ਅਤੇ ਅੱਗੋਂ ਕੋਈ ਵਰਤੇਗਾ। ਠੀਕ ਹੈ ਜੀ। ਫਿਰ 64 ਨੰਬਰ, ਇੱਟ ਦੀ ਦੇਣੀ ਪੱਥਰ ਦੀ ਲੈਣੀ। ਤਾਂ ਇਹਦਾ ਭਾਵ ਹੈ ਸੇਮ ਉੱਪਰ ਵਾਲਾ, ਜਿਹੋ ਜਿਹਾ ਵਰਤੋਗੇ ਅਤੇ ਉਹ ਜਿਹਾ ਅਗਲਾ ਵਰਤੇਗਾ। ਫਿਰ ਹੈ ਜੀ ਇੱਟ ਦਾ ਜਵਾਬ ਪੱਥਰ ਦੇਣਾ। ਮਤਲਬ ਜਿਹੋ ਜਿਹਾ ਕੋਈ ਆਪਾਂ ਨੂੰ ਜਵਾਬ ਦਿੰਦਾ ਹੈ, ਮਤਲਬ ਜਾਂ ਕੋਈ ਆਪਣੇ ਨਾਲ ਵਰਤਾਰਾ ਕਰਦਾ ਹੈ ਤਾਂ ਸੇਮ ਉੱਦਾਂ ਦਾ ਹੀ ਉਹਦੇ ਨਾਲ ਵਤੀਰਾ ਜਾਂ ਵਰਤਾਰਾ ਕਰਨਾ ਸੋਰੀ। ਫਿਰ ਹੈ ਜੀ 66 ਨੰਬਰ, ਇਲ ਦਾ ਨਨਾਣਵੀਆਂ ਕਾਂ। ਤਾਂ ਇਹਦਾ ਭਾਵ ਹੈ ਜਦ ਕਿਸੇ ਭੈੜਵੇਂ ਆਦਮੀ ਦਾ ਹਾਮੀ ਉਹਦੇ ਜਿਹਾ ਹੀ ਭਰਨ ਲੱਗੇ। ਫਿਰ ਹੈ ਜੀ 67 ਨੰਬਰ, ਇਲ ਮੁੰਡਾ ਲੈ ਗਈ ਜਠੇਰਿਆਂ ਦੀ ਨਾਂ। ਤਾਂ ਇਹਦਾ ਭਾਵ ਹੈ ਜਦ ਕਿਸੇ ਦਾ ਬਦੋਬਦੀ ਨੁਕਸਾਨ ਹੋ ਜਾਵੇ ਅਤੇ ਉਹਦਾ ਜਿਹੜਾ ਇਲਜ਼ਾਮ ਹੈ ਉਹ ਕਿਸੇ ਹੋਰ ਲਾਈ ਜਾਣਾ। ਫਿਰ ਹੈ ਜੀ 68 ਨੰਬਰ, ਇਲਾਂ ਦੇ ਆਲਣਿਆ ਮਾਸ ਦੀਆਂ ਮੁਰਾਦਾਂ। ਤਾਂ ਇਹਦਾ ਭਾਵ ਹੈ ਜਿਹੜਾ ਆਪ ਹੀ ਕਿਸੇ ਸ਼ੈ ਨਾਲ ਰੱਜੇ ਉਸ ਤੋਂ ਉਸ ਸ਼ੈ ਦੇ ਮਿਲਣ ਦੀ ਆਸ ਕਦੇ ਪੂਰੀ ਨਹੀਂ ਹੁੰਦੀ। ਠੀਕ ਹੈ ਜੀ। ਫਿਰ ਹੈ ਜੀ 69 ਨੰਬਰ, ਇਦੋ ਬਾਅਦ ਤੁੰਬਾ ਫੁੱਕਣਾ ਏ। ਤਾਂ ਇਹਦਾ ਭਾਵ ਹੈ ਲੋੜ ਜਾਂ ਸਮਾਂ ਜਿਹੜਾ ਲੰਘ ਗਿਆ ਉਸ ਤੋਂ ਬਾਅਦ ਉਹ ਚੀਜ਼ ਮਿਲਣਾ ਉਸਦਾ ਕੋਈ ਫਾਇਦਾ ਨਹੀਂ ਹੁੰਦਾ। ਠੀਕ ਹੈ ਜੀ। ਤਾਂ ਇਹ ਸੀਗੇ ਜੀ ਮੁਹਾਵਰੇ ਊੜੇ ਤੋਂ ਲੈ ਕੇ ਈੜੀ ਤੱਕ। ਠੀਕ ਹੈ ਜੀ। ਉਮੀਦ ਹੈ ਜੀ ਤੁਹਾਨੂੰ ਹੈਲਪਫੁਲ ਹੋਣਗੇ। ਠੀਕ ਹੈ ਜੀ। ਕੋਈ ਵੀਡੀਓ 'ਚ ਕੋਈ ਗਲਤੀ ਹੋਏ ਤਾਂ ਉਹਦੇ ਲਈ ਮਾਫੀ ਚਾਹਾਂਗਾ, ਜਾਂ ਕੋਈ ਸਪੈਲਿੰਗ ਮਿਸਟੇਕ ਹੋਏ ਉਹਦੇ ਲਈ ਵੀ ਮਾਫੀ ਚਾਹਾਂਗਾ ਜੀ। ਅਤੇ ਇਹ ਇਸ ਵੀਡੀਓ ਦੀ ਜਿਹੜੀ PDF ਫਾਈਲ ਹੈ ਉਹ ਇਸ ਵੀਡੀਓ ਦਾ ਜਿਹੜਾ ਡਿਸਕ੍ਰਿਪਸ਼ਨ ਲਿੰਕ ਹੈ ਉਹਦੇ ਵਿੱਚ ਮੈਂ ਪਾ ਦੇਵਾਂਗਾ, ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ। ਤਾਂ ਵੀਡੀਓ ਦੇਖਣ ਲਈ ਧੰਨਵਾਦ ਜੀ। ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।